हाँ जी, ਸਤਿ ਸ਼੍ਰੀ ਅਕਾਲ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਿਆਰੀ ਹੈ ਜਿਹੜੀ ਬਿਲਕੁਲ ਪੀਕ ਤੇ ਹੈ ਹੁਣ ਤੇ, ਵਧੀਆ ਤਿਆਰੀ ਚੱਲ ਰਹੀ ਹੋ ਤੁਹਾਡੀ। ਸੋ ਆਪਾਂ ਲਗਾਤਾਰ ਤੇ ਲੜੀਵਾਰ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਮੇਨ ਜਿਹੜਾ ਹੁਣ ਆਪਾਂ ਲੈਵਲ 3 ਡਿਸਕਸ ਕਰ ਰਹੇ ਹਾਂ, ਇਸ ਤੋਂ ਪਹਿਲਾਂ ਆਪਾਂ ਸੋਸ਼ਲ ਮੀਡੀਆ ਐਪਸ ਜਿਹੜਾ 9ਵਾਂ ਚੈਪਟਰ ਹੈ ਉਹਦਾ ਪਾਰਟ 1 ਡਿਸਕਸ ਕੀਤਾ ਸੀ ਲੈਵਲ 3 ਦਾ। ਸੋ ਅੱਜ ਆਪਾਂ ਦੇਖਾਂਗੇ ਪਾਰਟ 2, ਜਿਹਦੇ ਵਿੱਚ ਕਾਫੀ ਸਾਰੇ ਇੰਪੋਰਟੈਂਟ ਕੁਐਸਚਨ ਨੇ ਜਿਹੜੇ ਪੁਰਾਣੇ ਇੰਟੈਲੀਜੈਂਸ ਕਾਂਸਟੇਬਲ ਦੇ ਵਿੱਚ, ਚਾਹੇ ਹੈੱਡ ਕਾਂਸਟੇਬਲ ਦੇ ਵਿੱਚ ਤੇ ਚਾਹੇ ਸਬ ਇੰਸਪੈਕਟਰ ਦੇ ਵਿੱਚ ਆਏ ਹੋਏ ਨੇ। ਠੀਕ ਹੈ। ਸੋ ਪਹਿਲਾ ਕੁਐਸਚਨ ਹੈਗਾ ਜਿਵੇਂ ਮਾਰਕੀਟਰਸ ਯੂਜ਼ ਸੋਸ਼ਲ ਨੈਟਵਰਕਿੰਗ ਫੋਰ, ਕਹਿੰਦਾ ਮਾਰਕੀਟਰਸ ਨੇ ਜਿਹੜੇ ਬਿਜ਼ਨਸਮੈਨ ਨੇ ਜਿਹੜੇ ਉਹ ਬੰਦੇ ਸੋਸ਼ਲ ਨੈਟਵਰਕਿੰਗ ਨੂੰ ਕਿਸ ਚੀਜ਼ ਲਈ ਵਰਤਦੇ ਨੇ? ਇਨਕਰੀਜ਼ਿੰਗ ਬ੍ਰਾਂਡ ਰਿਕੋਗਨੀਸ਼ਨ, ਆਪਣੇ ਬ੍ਰਾਂਡ ਦੀ ਕਹਿ ਲਓ ਵੀ ਲੋਕਾਂ ਤੱਕ ਲੈ ਕੇ ਜਾਣਾ, ਰਿਕੋਗਨੀਸ਼ਨ ਵਧਾਉਣ ਦੇ ਲਈ ਜਾਂ ਬ੍ਰਾਂਡ ਵੈਲਿਊ ਬਣਾਉਣ ਦੇ ਲਈ ਵਰਤਦੇ ਨੇ। ਦੂਸਰਾ ਐਨਕਰੇਜਿੰਗ ਬ੍ਰਾਂਡ ਲੋਇਲਟੀ, ਲੋਇਲਟੀ ਹੁੰਦਾ ਵੀ ਭਰੋਸੇਯੋਗਤਾ, ਵੀ ਕਿੰਨਾ ਕੁ ਬੰਦੇ ਤੁਹਾਡੇ ਤੇ ਟਰਸਟ ਕਰਦੇ ਨੇ, ਵੀ ਤੁਸੀਂ ਉਹ ਟਰਸਟ ਬੰਦੇ ਤਾਂ ਹੀ ਕਰਨਗੇ ਜੇ ਆਪਾਂ ਉਹਨਾਂ ਨੂੰ ਵਧੀਆ ਸਰਵਿਸਿਜ਼ ਦੇਵਾਂਗੇ, ਹੈ ਨਾ। ਸੋ ਜਿਵੇਂ ਇਹ ਆਪਾਂ ਦੋਨੋਂ ਹੀ ਦੇਖਦੇ ਹਾਂ ਵੀ ਕੀ ਇਹ ਦੋਨੋਂ ਠੀਕ ਨੇ ਜਾਂ ਦੋਨੋਂ ਹੀ ਠੀਕ ਨੇ ਜਾਂ ਪਹਿਲਾ ਠੀਕ ਹੈ ਜਾਂ ਦੂਜਾ, ਹੈ ਨਾ। ਜਸਟੀਫਿਕੇਸ਼ਨ ਦੇ ਵਿੱਚ ਦੇਖਦੇ ਹਾਂ, ਸੋਸ਼ਲ ਨੈਟਵਰਕਿੰਗ ਪਲੇਟਫਾਰਮ ਹੈ ਬਿਕਮ ਪਾਵਰਫੁਲ ਟੂਲਸ ਫਾਰ ਮਾਰਕੀਟਰਸ ਟੂ ਪ੍ਰਮੋਟ ਦੇਅਰ ਬ੍ਰਾਂਡ। ਤੇ ਆਪਾਂ ਨੂੰ ਪਤਾ ਹੀ ਹੈ ਵੀ ਸੋਸ਼ਲ ਨੈਟਵਰਕਿੰਗ ਹੈ ਜਿਹੜਾ ਇਹ ਪਾਵਰਫੁਲ ਟੂਲ ਹੈ, ਵੈਸੇ ਤਾਂ ਸਾਰਿਆਂ ਵਾਸਤੇ ਹੈ, ਪਰ ਮਾਰਕੀਟਰਸ ਨੇ ਜਿਹੜੇ ਬਿਜ਼ਨਸਮੈਨ ਬੰਦੇ ਨੇ ਉਹ ਆਪਦੇ ਬ੍ਰਾਂਡ ਨੂੰ ਪ੍ਰਮੋਟ ਕਰ ਸਕਦੇ ਨੇ, ਇੰਗੇਜ ਕਰ ਸਕਦੇ ਨੇ ਟਾਰਗੇਟ ਆਡੀਅੰਸ ਨੂੰ। ਠੀਕ ਹੈ। ਸੋ ਪਹਿਲੀ ਗੱਲ ਦੇ ਵਿੱਚ ਜਿਵੇਂ ਉਹ ਇਨਕਰੀਜ਼ ਬ੍ਰਾਂਡ ਰਿਕੋਗਨੀਸ਼ਨ, ਬ੍ਰਾਂਡ ਰਿਕੋਗਨੀਸ਼ਨ ਕਿਵੇਂ ਕਰਦਾ ਸੋਸ਼ਲ ਮੀਡੀਆ? ਮਾਰਕੀਟਰਸ ਯੂਜ਼ ਸੋਸ਼ਲ ਨੈਟਵਰਕਿੰਗ ਪਲੇਟਫਾਰਮਸ ਟੂ ਇਨਕਰੀਜ਼ ਬ੍ਰਾਂਡ ਰਿਕੋਗਨੀਸ਼ਨ ਬਾਈ ਕ੍ਰੀਏਟਿੰਗ ਬ੍ਰਾਂਡ ਅਵੇਅਰਨੈਸ ਅਮੰਗ ਏ ਵਾਈਡਰ ਆਡੀਅੰਸ। ਤਾਂ ਬ੍ਰਾਂਡ ਦੀ ਆਪਦੇ ਦੀ ਅਵੇਅਰਨੈਸ ਕਰਦੇ ਨੇ ਬੰਦੇ, ਕਿਵੇਂ ਕਰਦੇ ਨੇ? ਰੈਗੂਲਰਲੀ ਉਹ ਆਪਣੀਆਂ ਵੀਡੀਓਜ਼ ਵਗੈਰਾ ਅਪਲੋਡ ਕਰਦੇ ਨੇ ਜਾਂ ਆਪਦਾ ਪ੍ਰੋਡਕਟ ਵਗੈਰਾ ਹੈ ਉਹਨਾਂ ਨੂੰ ਲੋਕਾਂ ਤੱਕ ਕੰਪੇਨ ਵਗੈਰਾ ਲਾਂਚ ਕਰਦੇ ਨੇ, ਟਾਰਗੇਟ ਐਡਵਰਟਾਈਜ਼ਿੰਗ ਕੰਪੇਨਸ, ਹੈ ਨਾ। ਰੈਗੂਲਰਲੀ ਇਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ ਕੀ ਹੁੰਦਾ? ਬ੍ਰਾਂਡ ਵੈਲਿਊ ਬਣਦੀ ਹੈ। ਜਿਵੇਂ ਆਪਾਂ ਦੇਖਦੇ ਸੀ ਪੁਰਾਣੇ ਸਮੇਂ ਦੇ ਵਿੱਚ, ਉਹ ਨਹੀਂ ਆਉਂਦੀ ਸੀ ਐਡ ਉਜਾਲਾ 4 ਬੂੰਦੋਂ ਵਾਲਾ, ਉਹ ਹੁਣ ਆਪਾਂ ਥੋੜਾ ਖਰੀਦਦੇ ਸੀ ਪਰ ਆਪਣੇ ਦਿਮਾਗ ਦੇ ਵਿੱਚ ਇੱਕ ਬ੍ਰਾਂਡ ਬਣਿਆ ਹੋਇਆ ਸੀ। ਜਿਵੇਂ ਰਾਲਕੋ ਟਾਇਰ ਦੀ ਮਸ਼ਹੂਰੀ ਹੁੰਦੀ ਸੀ ਜਿਹਨੂੰ ਆਪਾਂ ਸ਼ਕਤੀਮਾਨ ਦੇਖਦੇ ਹੁੰਦੇ ਸੀ ਜਾਂ ਆਪਾਂ ਕ੍ਰਿਸ਼ਨਾ ਦੇਖਦੇ ਸੀ, ਉੱਥੇ ਰਾਲਕੋ, ਹੈ ਨਾ। ਸੋ ਉਹ ਕੀ ਸੀਗੇ, ਬ੍ਰਾਂਡ ਬਣਾਉਣ ਦੇ ਲਈ ਲਗਾਤਾਰ ਉਹਨਾਂ ਨੂੰ ਐਡ ਦੇਣੀ ਪੈਂਦੀ ਸੀ, ਕਹਿ ਲਓ ਵੀ ਮੇਨ ਸਟ੍ਰੀਮ ਮੀਡੀਆ ਤੇ। ਅੱਜ ਕੱਲ੍ਹ ਮੇਨ ਸਟ੍ਰੀਮ ਦੀ ਲੋੜ ਨਹੀਂ ਹੈ, ਤਾਂ ਸੋਸ਼ਲ ਮੀਡੀਆ ਤੇ ਬੰਦੇ ਜਾ ਸਕਦੇ ਨੇ। ਸੋ ਅਗਲਾ ਹੈਗਾ ਕਹਿੰਦਾ ਐਨਕਰੇਜਿੰਗ ਬ੍ਰਾਂਡ ਲੋਇਲਟੀ, ਤੇ ਜਿਵੇਂ ਤੁਸੀਂ ਸੋਸ਼ਲ ਨੈਟਵਰਕਿੰਗ ਪਲੇਟਫਾਰਮ ਪ੍ਰੋਵਾਈਡਸ ਐਨ ਐਵਨਿਊ ਫਾਰ ਮਾਰਕੀਟਰਸ ਟੂ ਕਨੈਕਟ ਵਿਦ ਦੇਅਰ ਕਸਟਮਰ ਔਨ ਏ ਮੋਰ ਪਰਸਨਲ ਲੈਵਲ। ਹੁਣ ਜਿਵੇਂ ਆਪਾਂ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਐਡ ਆਉਂਦੀ ਹੈ, ਉੱਥੇ ਉਹ ਜਿਹੜਾ ਮਾਰਕੀਟਰ ਹੁੰਦੇ ਨੇ ਉਹ ਆਪਦੇ ਕਸਟਮਰ ਦੇ ਨਾਲ ਇੰਨਾ ਅਟੈਚ ਨਹੀਂ ਹੋ ਸਕਦੇ ਜਿੰਨੇ ਆਪਾਂ ਉਹਦੇ ਸੋਸ਼ਲ ਮੀਡੀਆ ਹੈਂਡਲ ਤੇ ਹੋ ਸਕਦੇ, ਹੈ ਨਾ। ਬਾਈ ਇਨਗੇਜਿੰਗ ਇਨ ਕਨਵਰਸੇਸ਼ਨ, ਕੋਈ ਗੱਲਬਾਤ ਹੋ ਸਕਦੀ ਹੈ। ਰਿਸਪੋਂਡਿੰਗ ਟੂ ਕੁਐਰੀਜ਼, ਕੋਈ ਤੁਹਾਡੀਆਂ ਜਿਵੇਂ ਕੁਐਰੀਜ਼ ਆਉਂਦੀਆਂ ਨੇ ਉਹਨੂੰ ਰਿਸਪੋਂਡ ਕਰੇ ਬੰਦਾ, ਫੀਡਬੈਕ ਲਵੇ ਤੁਹਾਡੇ ਤੋਂ। ਪ੍ਰੋਵਾਈਡ ਐਕਸਕਲੂਸਿਵ ਆਫਰ ਐਂਡ ਰਿਵਾਰਡਸ, ਕੋਈ ਆਫਰ ਤੇ ਰਿਵਾਰਡ ਦੇਵੇ ਤੇ ਵਧੀਆ ਸਰਵਿਸ ਪ੍ਰੋਵਾਈਡ ਕਰੇ, ਉਹਦੇ ਨਾਲ ਬ੍ਰਾਂਡ ਲੋਇਲਟੀ ਵੀ ਬਣਦੀ ਹੈ ਤੇ ਸਟਰੋਂਗ ਰਿਲੇਸ਼ਨਸ਼ਿਪ ਬਣਦਾ ਕਸਟਮਰ ਦੇ ਵਿੱਚ, ਹੈ ਨਾ। ਸੋਸ਼ਲ ਨੈਟਵਰਕਿੰਗ, ਰਿਪੀਟ ਪਰਚੇਜਸ, ਪੋਜ਼ਿਟਿਵ ਵਰਡ ਟੂ ਵਰਡ ਮਾਊਥ ਜਾਂ ਮਾਊਥ ਟੂ ਮਾਊਥ ਬੋਲ ਸਕਦੇ ਹਾਂ, ਵਰਡ ਟੂ ਮਾਊਥ, ਹੈ ਨਾ, ਵੀ ਉਸ ਦੀ ਐਡ ਕਰਦਾ ਬੰਦਾ। ਜਿਵੇਂ ਹੁਣ ਆਪਣੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਆਨਲਾਈਨ ਕੋਰਸ ਲਿਆ ਹੋਇਆ ਸਬ ਇੰਸਪੈਕਟਰ ਦਾ, ਸੋ ਉਹ ਬੱਚਿਆਂ ਨੂੰ ਮੈਂ ਪਰਸਨਲੀ ਜਿਹਨੂੰ ਆਪਾਂ ਪੁੱਛਦੇ ਹਾਂ ਵੀ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ, ਤਾਂ ਉਹਨਾਂ ਨੇ ਕਿਹਾ ਵੀ ਬਹੁਤ ਵਧੀਆ ਦਿੱਤਾ ਹੋਇਆ ਸਰ ਤੁਸੀਂ, ਹੈ ਨਾ। ਸੋ ਆਪਾਂ ਮਿਹਨਤ ਕਰ ਰਹੇ ਹਾਂ ਤੁਹਾਡੇ ਲਈ ਹੀ ਕਰ ਰਹੇ ਹਾਂ, ਹੈ ਨਾ। ਤਾਂ ਫਿਰ ਉੱਥੇ ਜ਼ਿਆਦਾ ਮੈਨੂੰ ਲੱਗਦਾ ਵੀ ਐਡ ਕਰਾਉਣ ਦੀ ਲੋੜ ਨਹੀਂ ਪੈਂਦੀ, ਫਿਰ ਬੰਦੇ ਕੀ ਕਰਦੇ ਨੇ, ਮਾਊਥ ਟੂ ਮਾਊਥ ਹੀ ਕਰਦੇ ਨੇ। ਹੁਣ ਬਹੁਤ ਸਾਰੇ ਸਾਡੇ ਕੋਲ ਕੋਰਸ ਵੀ ਅਵੇਲੇਬਲ ਨਹੀਂ ਹੈ, ਜਿਵੇਂ ਪੀਟਰ+ਬੀ ਦਾ ਹਜੇ ਸਾਡੇ ਕੋਲ ਕੋਰਸ ਅਵੇਲੇਬਲ ਨਹੀਂ ਹੈ ਤੇ ਬਹੁਤ ਜਲਦੀ ਅਸੀਂ ਉਹਦੇ ਤੇ ਕੰਮ ਕਰ ਰਹੇ ਹਾਂ। ਤਾਂ ਬੱਚੇ ਪੁੱਛ ਰਹੇ ਆ ਵੀ ਉਹ ਵੀ ਕੋਰਸ ਦਿਓ, ਹੈ ਨਾ। ਜਾਂ ਜਿਵੇਂ ਪੀਟੈਟ ਦਾ ਕੰਮ ਹੈ ਜਿਹੜਾ ਪੇਪਰ 1 ਸਾਡੇ ਕੋਲ ਹਜੇ ਨਹੀਂ ਹੈ, ਤਾਂ ਉਹਦੇ ਵੀ ਕਾਫੀ ਕੁਐਰੀਜ਼ ਨੇ ਸਾਡੇ ਕੋਲੇ, ਕਿਉਂਕਿ ਜਿਹੜੇ ਬੱਚਿਆਂ ਨੇ ਲਿਆ ਹੋਇਆ ਉਹਨਾਂ ਨੇ ਅੱਗੇ ਦੱਸਿਆ ਵੀ ਕਿਸ ਤਰ੍ਹਾਂ ਦੀਆਂ ਅਸੀਂ ਫੀਚਰ ਪ੍ਰੋਵਾਈਡ ਕਰਦੇ ਹਾਂ, ਹੈ ਨਾ। ਸੋ ਇਸ ਤਰੀਕੇ ਦੇ ਨਾਲ ਹੈਗਾ ਵੀ ਦੋਨੋਂ ਹੀ ਆਨਸਰ ਨੇ, ਬੋਥ 1 ਐਂਡ 2 ਇਹਦੇ ਲਈ ਸੋਸ਼ਲ ਮੀਡੀਆ ਯੂਜ਼ ਕਰ ਸਕਦੇ ਆਪਾਂ, ਹੈ ਨਾ। ਅਗਲਾ, ਇਨ ਬਿਜ਼ਨਸ ਵਿੱਚ ਉਹਦੀ ਫੋਲੋਇੰਗ ਹੈਲਪਸ ਇਨਾਮਰਸਲੀ ਇਨ ਆਈਡੈਂਟੀਫਾਈਂਗ ਡਿਵੈਲਪਮੈਂਟ ਐਂਡ ਬਿਲਡਿੰਗ ਰੈਪੂਟੇਸ਼ਨ। ਕਹਿੰਦਾ ਇਨ ਬਿਜ਼ਨਸ, ਬਿਜ਼ਨਸ ਦੇ ਵਿੱਚ ਉਹਦੀ ਫੋਲੋਇੰਗ, ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਹੈਜ਼ ਇਨਾਮਰਸਲੀ ਲਾਰਜ ਵੱਡੇ ਲੈਵਲ ਤੇ ਇਨ ਆਈਡੈਂਟੀਫਾਈਂਗ ਡਿਵੈਲਪਮੈਂਟ ਐਂਡ ਬਿਲਡਿੰਗ ਰੈਪੂਟੇਸ਼ਨ। ਕਹਿੰਦਾ ਇਨ ਆਈਡੈਂਟੀਫਾਈਂਗ ਤੁਹਾਡੇ ਰੈਪੂਟੇਸ਼ਨ ਬਿਲਡ ਕਰਨ ਦੇ ਲਈ, ਤੁਹਾਡੇ ਬਿਜ਼ਨਸ ਦੀ ਰੈਪੂਟੇਸ਼ਨ, ਤੁਹਾਡੇ ਬਿਜ਼ਨਸ ਨੂੰ ਆਈਡੈਂਟੀਫਾਈ ਕਰਨ ਦੇ ਲਈ ਤੇ ਰੈਪੂਟੇਸ਼ਨ ਬਣਾਉਣ ਦੇ ਲਈ ਹੇਠ ਲਿਖਿਆਂ ਚੋਂ ਕਿਹੜਾ ਯੂਜ਼ ਕੀਤਾ ਜਾਂਦਾ, ਹੈ ਨਾ।
ਸੋ ਟਵਿੱਟਰ ਤੇ ਲਿੰਕਡਇਨ ਸੋ ਆਪਾਂ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਹੈ। ਟਵਿੱਟਰ ਇਹ ਆਪਾਂ ਪਹਿਲਾਂ ਪੜ੍ਹ ਚੁੱਕੇ ਸੀਗੇ, ਲੈਵਲ 2 'ਚ ਵੀ ਮੈਂ ਕਰਾਇਆ ਸੀ, ਲੈਵਲ 1 'ਚ ਵੀ ਕਰਾਇਆ ਸੀ। ਟਵਿੱਟਰ ਬਾਰੇ ਬੇਸਿਕ ਜਾਣਕਾਰੀ ਦੁਬਾਰੇ ਦੱਸ ਦਿੰਦਾ। ਪਾਪੂਲਰ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹਦੇ ਵਿੱਚ ਆਪਾਂ ਮੈਸੇਜ ਜਿਹੜਾ ਸ਼ੇਅਰ ਕਰਦੇ ਹਾਂ ਉਹਨੂੰ ਟਵੀਟ ਬੋਲਦੇ ਹਾਂ। ਇਹਦੀ ਲੈਂਥ ਲਿਮਿਟਡ ਹੁੰਦੀ ਹੈ 280 ਕਰੈਕਟਰ ਦੀ। 2006 ਦੇ ਵਿੱਚ ਜੈਕ ਡੋਰਸੀ, ਨੋ ਗਲਾਸ ਐਂਡ ਬਿਜ ਸਟੋਨ ਤੇ ਐਵਨ ਵਿਲੀਅਮ, ਇਹ ਤਿੰਨ ਚਾਰ ਬੰਦੇ ਚਾਰ ਬੰਦਿਆਂ ਨੇ ਬਣਾਇਆ ਸੀ, ਹੈ ਨਾ। ਬਾਕੀ ਚੀਜ਼ਾਂ ਚਲੋ ਇਹਦੇ ਤੇ ਹੈਸ਼ ਟੈਗ ਹੁੰਦੇ ਨੇ, ਆਪਾਂ ਬਿਜ਼ਨਸ ਪਰਪਸ ਦੇ ਲਈ ਯੂਜ਼ ਕਰ ਸਕਦੇ ਹਾਂ, ਪੋਲੀਟੀਸ਼ੀਅਨ ਯੂਜ਼ ਕਰਦੇ ਨੇ ਸੈਲੀਬ੍ਰਿਟੀਜ਼ ਤੇ ਇੰਡੀਵਿਜੁਅਲ ਲੁਕਿੰਗ ਦੇ ਲਈ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਪੜ੍ਹ ਚੁੱਕੇ ਹਾਂ। ਹੁਣ ਆਪਾਂ ਦੇਖਦੇ ਹਾਂ ਵੀ ਟਵਿੱਟਰ ਬਿਜ਼ਨਸ ਦਿਲ ਵਿੱਚ ਕਿਵੇਂ ਵਰਤਿਆ ਜਾਂਦਾ। ਟਵਿੱਟਰ ਇਜ਼ ਅ ਸੋਸ਼ਲ ਮੀਡੀਆ ਪਲੇਟਫਾਰਮ ਦੈਟ ਅਨੇਬਲ ਯੂਜ਼ਰ ਟੂ ਸ਼ੇਅਰ ਐਂਡ ਡਿਸਕਵਰ ਇਨਫੋਰਮੇਸ਼ਨ ਥਰੂ ਸ਼ਾਰਟ ਮੈਸੇਜ ਕਾਲ ਟਵੀਟ। ਇਹ ਆਪਾਂ ਪੜ੍ਹ ਲਿਆ। ਇਟ ਆਫਰ ਬਿਜ਼ਨਸ ਦੀ ਓਪਰਚੁਨਿਟੀ ਟੂ ਅੰਗੇਜ ਵਿਦ ਵਾਈਡ ਆਡੀਅੰਸ, ਸ਼ੇਅਰ ਅਪਡੇਟਸ, ਇੰਡਸਟਰੀ ਨਿਊਜ਼ ਐਂਡ ਇਨਸਾਈਟਸ। ਮੰਨ ਲਓ ਕੋਈ ਕਿਸੇ ਨੇ ਕਾਰ ਦਾ ਮਾਡਲ ਲਾਂਚ ਹੋਇਆ, ਛੋਟੇ ਬਿਜ਼ਨਸ ਦੇ ਲਈ ਨਹੀਂ ਯੂਜ਼ ਕੀਤਾ ਜਾਂਦਾ, ਵੱਡੇ ਬਿਜ਼ਨਸ ਹੋ ਗਏ ਜਿਵੇਂ ਇਲੋਨ ਮਸਕ ਨੇ ਆਪਾਂ ਬੈਟਰੀ ਵਾਲੀ ਕਾਰ ਜਾਂ ਡਰਾਈਵਰਲੈਸ ਕਾਰ ਲਾਂਚ ਕੀਤੀ ਸੀ, ਤਾਂ ਉਹ ਬਿਜ਼ਨਸ ਦੇ ਵਿੱਚ ਟਵਿੱਟਰ ਨੂੰ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਬੰਦੇ, ਹੈ ਨਾ। ਸੋ ਕਹਿੰਦਾ ਬਾਏ ਐਕਟਿਵਲੀ ਪਾਰਟੀਸਪੇਟਿੰਗ ਇਨ ਕਨਵਰਸੇਸ਼ਨ ਯੂਜ਼ਿੰਗ ਰੈਲੇਵੈਂਟ ਹੈਸ਼ ਟੈਗ ਐਂਡ ਕਨੈਕਟਿੰਗ ਵਿਦ ਇੰਡਸਟਰੀ ਇਨਫਲੂਐਂਸਰ। ਜਿਹੜੇ ਇੰਡਸਟਰੀ ਇਨਫਲੂਐਂਸਰ ਕਿਹੜੇ ਹੁੰਦੇ ਨੇ, ਜਿਹਨਾਂ ਕੋਲ ਆਡੀਅੰਸ ਬੇਸ ਜ਼ਿਆਦਾ ਹੁੰਦਾ, ਜਿਵੇਂ ਕਿਸੇ ਦੇ ਇੰਸਟਾਗ੍ਰਾਮ ਤੇ ਨੰਬਰ ਆਫ ਫੋਲੋਅਰ ਜ਼ਿਆਦਾ ਨੇ, ਉਹ ਇਨਫਲੂਐਂਸਰ ਹੁੰਦੇ ਨੇ। ਬਿਜ਼ਨਸ ਕੈਨ ਆਈਡੈਂਟੀਫਾਈ ਡਿਵੈਲਪਮੈਂਟ ਅਪਰਚੁਨਿਟੀ ਇਸਟੈਬਲਿਸ਼ ਥਰੂ ਲੀਡਰਸ਼ਿਪ ਐਂਡ ਐਨਹਾਂਸ ਦੇਅਰ ਰੈਪੂਟੇਸ਼ਨ। ਤਾਂ ਉਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਵਧੀਆ ਕੰਮ ਕਰਦੇ ਹੋ ਤਾਂ ਸਮਾਂ ਪਾ ਕੇ ਜਿਹੜੀ ਤੁਹਾਡੀ ਕਹਿ ਲਓ ਵੀ ਲੀਡਰਸ਼ਿਪ ਗਰੋ ਹੁੰਦੀ ਹੈ ਜਾਂ ਤੁਹਾਡਾ ਰੈਪੂਟੇਸ਼ਨ ਬਣਦੀ, ਤੁਸੀਂ ਲੀਡ ਕਰਨ ਲੱਗਦੇ ਹੋ ਇੰਡਸਟਰੀ ਦੇ ਵਿੱਚ। ਦੂਸਰਾ ਲਿੰਕਡਇਨ। ਲਿੰਕਡਇਨ ਇਜ਼ ਏ ਪ੍ਰੋਫੈਸ਼ਨਲ ਨੈਟਵਰਕਿੰਗ ਪਲੇਟਫਾਰਮ ਵਾਈਡਲੀ ਯੂਜ਼ ਫੋਰ ਬਿਜ਼ਨਸ ਐਂਡ ਪ੍ਰੋਫੈਸ਼ਨਲਸ। ਇਹ ਆਪਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਪਹਿਲੇ ਲੈਵਲ ਦੂਜੇ ਦੇ ਵਿੱਚ ਵੀ ਲਿੰਕਡਇਨ ਹੈ ਨਾ ਜਿਹੜਾ ਇਹ ਪ੍ਰੋਫੈਸ਼ਨਲ ਤੇ ਬਿਜ਼ਨਸਮੈਨ ਹੀ ਯੂਜ਼ ਕਰਦੇ ਨੇ ਜ਼ਿਆਦਾ, ਹੈ ਨਾ। ਸੋ ਇਹਦੇ 'ਤੇ ਪ੍ਰੋਫਾਈਲ ਵਗੈਰਾ ਬਣਾ ਕੇ, ਜੋਬ ਸੀਕਰਸ ਹੁੰਦੇ ਨੇ ਜਿਹੜੇ ਉਹ ਆਪਦੇ ਰਿਜ਼ਿਊਮੇ ਵਗੈਰਾ ਬਣਾ ਕੇ ਇਹਦੇ 'ਤੇ ਪਾ ਦਿੰਦੇ ਨੇ, ਹੈ ਨਾ। ਇਟ ਅਲਾਓ ਇੰਡੀਵਿਜੁਅਲ ਐਂਡ ਬਿਜ਼ਨਸ ਟੂ ਕ੍ਰੀਏਟ ਪ੍ਰੋਫਾਈਲ। ਬਿਜ਼ਨਸ ਤੇ ਇੰਡੀਵਿਜੁਅਲ ਵੀ ਆਪਦਾ ਪ੍ਰੋਫਾਈਲ ਕ੍ਰੀਏਟ ਕਰ ਸਕਦਾ। ਕਨੈਕਟ ਵਿਦ ਇੰਡਸਟਰੀ ਪੀਅਰਸ ਹੁੰਦਾ ਤੁਹਾਡੇ ਲੈਵਲ ਦੇ ਬੰਦੇ। ਸ਼ੇਅਰ ਅਪਡੇਟਸ ਐਂਡ ਸ਼ੋ ਕੇਸ ਐਕਸਪਰਟੀਜ਼, ਆਪਣੀ ਤੁਸੀਂ ਐਕਸਪਰਟੀ ਸ਼ੋ ਕਰ ਸਕਦੇ ਹੋ। ਲਿੰਕਡਇਨ ਆਫਰ ਵੇਰੀਅਸ ਫੀਚਰ ਲਾਈਕ ਕੰਪਨੀ ਪੇਜ, ਤੁਹਾਡੀ ਕੰਪਨੀ ਦਾ ਪੇਜ ਬਣ ਸਕਦਾ, ਗਰੁੱਪਸ ਬਣ ਸਕਦੇ ਨੇ। ਪਬਲਿਸ਼ਿੰਗ ਆਰਟੀਕਲ, ਪ੍ਰੋਵਾਈਡਿੰਗ ਓਪਰਚੁਨਿਟੀ ਟੂ ਨੈਟਵਰਕ, ਆਈਡੈਂਟੀਫਾਈਂਗ ਪੋਟੈਂਸ਼ੀਅਲ ਪਾਰਟਨਰ, ਇੰਪਲੋਇਜ਼ ਐਂਡ ਕਲਾਇੰਟਸ। ਇਹ ਸਾਰੀਆਂ ਚੀਜ਼ਾਂ ਲਿੰਕਡਇਨ ਪ੍ਰੋਵਾਈਡ ਕਰਦਾ ਹੈ। ਸਟਰੋਂਗ ਪ੍ਰੋਫੈਸ਼ਨਲ ਨੈਟਵਰਕਸ ਹੈ ਇਹ, ਠੀਕ ਹੈ। ਸੋ ਤਾਂ ਕਰਕੇ ਇਹ ਦੋਨੋਂ ਹੀ ਠੀਕ ਨੇ। ਆਨਸਰ ਏ ਹੈਗਾ, ਬੋਥ 1 ਐਂਡ 2। ਅਗਲਾ ਬੜਾ ਵਧੀਆ ਸਵਾਲ ਹੈ, ਕਹਿੰਦਾ ਇਨ ਬਿਜ਼ਨਸ ਯੂਟਿਊਬ ਮੋਡਰੇਟਲੀ ਹੈਲਪਸ ਇਨ ਵਿੱਚ ਆਫ ਦੀ ਫੋਲੋਇੰਗ। ਕਹਿੰਦਾ ਬਿਜ਼ਨਸ ਦੇ ਵਿੱਚ ਯੂਟਿਊਬ ਮੋਡਰੇਟਲੀ ਹੈਲਪ ਕਰਦਾ, ਮੋਡਰੇਟ ਹੁੰਦਾ ਮੀਡੀਅਮ ਜਾਂ ਆਪਾਂ ਜਿਵੇਂ ਆਪਾਂ ਕਹਿ ਦਈਏ ਜਿਵੇਂ ਕਹਿੰਦੇ ਸਟਰੋਂਗ, ਲੋ ਤੇ ਮੋਡਰੇਟ। ਹੈਲਪਸ ਇਨ ਵਿੱਚ ਆਫ ਦਾ ਫੋਲੋਇੰਗ, ਮੋਡਰੇਟਲੀ ਕਹਿੰਦਾ ਹੇਠ ਲਿਖਿਆਂ 'ਚ ਕਿਹੜਿਆਂ 'ਚ ਹੈਲਪ ਕਰਦਾ, ਰੈਪੂਟੇਸ਼ਨ ਬਿਲਡਿੰਗ, ਮੈਂਟੇਨਿੰਗ ਗਰੁੱਪਸ ਤੇ ਸ਼ੇਅਰਿੰਗ। ਤੇ ਦੇਖੋ ਸ਼ੇਅਰਿੰਗ ਦੇ ਵਿੱਚ ਤਾਂ ਯੂਟਿਊਬ ਬਹੁਤ ਜ਼ਿਆਦਾ ਹੈਲਪ ਕਰਦਾ, ਤੁਸੀਂ ਆਪਣੀਆਂ ਵੀਡੀਓ ਵਗੈਰਾ ਸ਼ੇਅਰ ਕਰ ਸਕਦੇ ਹੋ, ਕੰਟੈਂਟ ਸ਼ੇਅਰ ਕਰ ਸਕਦੇ ਹਾਂ ਆਪਾਂ, ਕਲਿਪਸ ਸ਼ੇਅਰ ਕਰ ਸਕਦੇ ਹਾਂ, ਹੈ ਨਾ। ਸੋ ਤੁਸੀਂ ਲਾਈਵ ਵੀ ਕਰ ਸਕਦੇ ਹੋ, ਤਾਂ ਸ਼ੇਅਰਿੰਗ ਵਾਲਾ ਤਾਂ ਗੱਲ ਠੀਕ ਹੈ ਵੀ ਯੂਟਿਊਬ ਹੈਲਪ ਕਰਦਾ। ਰੈਪੂਟੇਸ਼ਨ ਬਿਲਡਿੰਗ ਦੇ ਵਿੱਚ ਵੀ ਹੈ ਕਿ ਤੁਹਾਡੀ ਰੈਪੂਟੇਸ਼ਨ ਬਣਦੀ ਹੈ ਵੀ ਤੁਸੀਂ ਵਧੀਆ ਕੰਟੈਂਟ ਦਿਓਗੇ ਜਾਂ ਵਧੀਆ ਪ੍ਰੋਡਕਟ ਔਫਰ ਕਰੋਗੇ, ਇੱਥੇ ਆਪਣੇ ਤੁਸੀਂ ਪ੍ਰੋਡਕਟ ਬਾਰੇ ਦੱਸ ਸਕਦੇ ਹੋ, ਆਪਣੀਆਂ ਵੀਡੀਓ ਪਾ ਸਕਦੇ ਹੋ। ਕੁਛ ਵੀ ਚੀਜ਼ ਹੈ ਆਪਣੀ ਇੰਡਸਟਰੀ ਤੁਸੀਂ ਬਿਜ਼ਨਸ ਕਰ ਰਹੇ ਹੋ, ਉਹਦੀਆਂ ਤੁਸੀਂ ਲੋਕਾਂ ਦੇ ਰਿਵਿਊ ਵਗੈਰਾ, ਵੀਡੀਓ ਇੰਟਰਵਿਊ ਵਗੈਰਾ ਕਰਕੇ ਪਾ ਸਕਦੇ ਹੋ, ਤਾਂ ਤੁਹਾਡੀ ਰੈਪੂਟੇਸ਼ਨ ਬਿਲਡਿੰਗ ਦੇ ਵਿੱਚ ਵੀ ਕੁਛ ਹੱਦ ਤੱਕ ਹੈਲਪ ਕਰਦਾ ਹੈ। ਸਟਰੋਂਗਲੀ ਨਹੀਂ ਹੈਲਪ ਕਰਦਾ ਜਿਵੇਂ ਬਾਕੀ ਦੀਆਂ, ਲਿੰਕਡਇਨ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਹੈ ਨਾ, ਜਾਂ ਤੁਹਾਡੀ ਵੈਬਸਾਈਟ ਹੋ ਗਈ ਜਿੱਥੇ ਤੁਹਾਡਾ ਪ੍ਰੋਫਾਈਲ ਬਣਦਾ ਪ੍ਰੋਪਰ, ਸਟਰੋਂਗਲੀ ਤਾਂ ਨਹੀਂ ਕਰਦਾ, ਬਟ ਰੈਪੂਟੇਸ਼ਨ ਨੂੰ ਬਿਲਡਿੰਗ ਕਰਨ 'ਚ ਹੈਲਪ ਜ਼ਰੂਰ ਕਰਦਾ। ਬਟ ਗਰੁੱਪਸ ਦੇ ਵਿੱਚ ਐਜ ਸੱਚ ਡਾਇਰੈਕਟਲੀ ਜਿਹੜਾ ਯੂਟਿਊਬ 'ਤੇ ਆਪਾਂ ਗਰੁੱਪ ਨਹੀਂ ਬਣਾ ਸਕਦੇ ਜਿਵੇਂ ਇੰਸਟਾਗ੍ਰਾਮ ਅਤੇ ਫੇਸਬੁੱਕ 'ਤੇ ਬਣਾਉਣੇ ਆ। ਸ਼ਾਇਦ ਮੈਨੂੰ ਲੱਗਦਾ ਮੈਂ ਜਦੋਂ ਪ੍ਰੀਵੀਅਸ ਪਿਛਲੀ ਵਾਰੀ ਵੀਡੀਓ ਬਣਾਈਆਂ ਸੀ, ਹੈ ਨਾ, ਉਦੋਂ ਸ਼ਾਇਦ ਮੈਂ ਤਿੰਨੋਂ ਹੀ ਆਂਸਰ ਕਹੇ ਸੀ ਕਿਉਂਕਿ ਇਹਨਾਂ ਨੇ ਤਿੰਨੋਂ ਹੀ ਦਿੱਤੇ ਹੋਏ ਨੇ। ਤਾਂ ਆਂਸਰ ਕੀ ਦੇ ਲਈ ਆਪਾਂ ਜਿਵੇਂ ਉਹ ਨਹੀਂ ਪਾ ਦਿੰਦੇ ਵੀ ਓਬਜੈਕਸ਼ਨ, ਓਬਜੈਕਸ਼ਨ ਤਾਂ ਇਹਦੇ ਲੱਗੀਆਂ ਨਹੀਂ ਸੀ 2021 ਵਾਲਿਆਂ ਦੇ, ਅਤੇ ਡਾਇਰੈਕਟ ਇਹਦਾ ਕੀ ਸੀਗਾ ਆਂਸਰ ਕੀ, ਆਉਣ ਤੋਂ ਬਾਅਦ ਪੇਪਰ ਕੈਂਸਲ ਹੋ ਗਿਆ ਸੀ, ਰੱਦ ਹੋ ਗਿਆ ਸੀ, ਤਾਂ ਮੈਂ ਉਦੋਂ ਸਮਾਂ ਥੋੜ੍ਹਾ ਸੀ, ਜ਼ਿਆਦਾ ਡੀਪ ਆਪਾਂ ਇੰਨਾ ਨਹੀਂ ਪਹੁੰਚੇ ਸੀ, ਕੁਛ ਥੋੜ੍ਹੇ ਜਿਹੇ ਸਬਜੈਕਟਿਵ ਵੀ ਨੇ, ਸਬਜੈਕਟਿਵ ਦੇ ਵਿੱਚ ਥੋੜ੍ਹਾ ਬਹੁਤ ਫਰਕ ਵੀ ਹੋ ਜਾਂਦਾ, ਹੈ ਨਾ। ਤਾਂ ਗਰੁੱਪਸ ਨਾਮ ਦਾ ਐਜ ਸੱਚ ਡਾਇਰੈਕਟਲੀ ਇਹਦੇ 'ਚ ਕੁਛ ਨਹੀਂ ਹੁੰਦਾ,
ਜਿਵੇਂ ਰੈਪੂਟੇਸ਼ਨ ਬਿਲਡਿੰਗ ਦੇ ਵਿੱਚ ਉਹੀ ਮੈਂ ਤੁਹਾਨੂੰ ਦੱਸਿਆ ਵੀ ਹਾਈ ਕੁਆਲਿਟੀ ਕੰਟੈਂਟ ਇਨਫੋਰਮੇਟਿਵ ਇੰਗੇਜਿੰਗ ਵੀਡੀਓ ਤੁਸੀਂ ਸ਼ੇਅਰ ਕਰ ਸਕਦੇ ਹੋ। ਮੇਨਟੇਨਿੰਗ ਗਰੁੱਪਸ, ਦੇਖੋ ਯੂਟਿਊਬ ਡਜ਼ ਨਾਟ ਹੈਵ ਸਪੈਸਿਫਿਕ ਫੀਚਰ ਫੋਰ ਮੇਨਟੇਨਿੰਗ ਗਰੁੱਪਸ ਇਨ ਸਮ ਵੇ ਐਜ਼ ਡੈਡੀਕੇਟਡ ਸੋਸ਼ਲ ਮੀਡੀਆ ਲਾਈਕ ਫੇਸਬੁੱਕ ਔਰ ਲਿੰਕਡਇਨ। ਇਹਦੇ ਵਿੱਚ ਕਹਿੰਦਾ ਕੋਈ ਵੀ ਡਾਇਰੈਕਟਲੀ ਮੇਨਟੇਨਿੰਗ ਗਰੁੱਪਸ ਦੀ ਕੋਈ ਚੀਜ਼ ਨਹੀਂ ਹੁੰਦੀ, ਸ਼ੇਅਰ ਕਰ ਸਕਦੇ ਹੋ ਤੁਸੀਂ। ਪ੍ਰਾਈਮਲੀ ਜਿਹੜਾ ਫੋਕਸ ਹੈ ਸ਼ੇਅਰਿੰਗ ਐਂਡ ਡਿਸਕਵਰਿੰਗ ਵੀਡੀਓਜ਼। ਅਤੇ ਇਸ ਤੋਂ ਬਿਨਾਂ ਜਿਹੜੇ ਹੋਰ ਫੀਚਰ ਪ੍ਰੋਵਾਈਡ ਕਰਦਾ, ਤੁਸੀਂ ਕਮੈਂਟਸ ਕਰ ਸਕਦੇ ਹੋ। ਕਮਿਊਨਿਟੀ ਟੈਬ ਹੈ, ਕਮਿਊਨਿਟੀ ਟੈਬ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਪੋਸਟ ਦੇ ਵਿੱਚ ਇਮੇਜਸ ਜਾਂ ਕੋਈ ਪੋਲ ਜਾਂ ਕੁਸ਼ਚਨ ਪਾ ਸਕਦੇ ਹੋ, ਬਟ ਇਹਦੇ 'ਤੇ ਵੀ ਲਿਮਿਟ ਹੁੰਦੀ ਹੈ। ਜਦੋਂ ਤੁਹਾਡੇ 1000 ਕਸਟਮਰ ਪੂਰੇ ਹੋ ਜਾਂਦੇ ਨੇ ਤਾਂ ਹੀ ਕਮਿਊਨਿਟੀ ਟੈਬ ਹੈ ਜਿਹੜੀ ਤੁਹਾਡੀ ਐਕਟਿਵ ਹੁੰਦੀ ਹੈ, ਅਦਰਵਾਈਜ਼ ਤੁਹਾਡੀ ਇਹ ਟੈਬ ਐਕਟਿਵ ਨਹੀਂ ਹੁੰਦੀ। ਲਾਈਵ ਚੈਟ ਵਗੈਰਾ ਵਿੱਚ ਤੁਸੀਂ ਲਾਈਵ ਕਰ ਸਕਦੇ ਹੋ ਆਪਣਾ, ਹੈ ਨਾ। ਫਿਰ ਚੀਜ਼ਾਂ ਹੁੰਦੀਆਂ ਨੇ, ਗਰੁੱਪਸ ਨਹੀਂ ਹੁੰਦੇ। ਤੀਜਾ ਹੈ ਸ਼ੇਅਰਿੰਗ। ਸ਼ੇਅਰਿੰਗ 'ਚ ਮੈਂ ਦੱਸ ਹੀ ਚੁੱਕਿਆ ਵੀ ਪਾਵਰਫੁੱਲ ਪਲੈਟਫਾਰਮ ਹੈ, ਸ਼ੇਅਰਿੰਗ ਦੇ ਲਈ ਵੀਡੀਓ ਸ਼ੇਅਰ ਕਰ ਸਕਦੇ ਹੋ, ਕਲਿੱਪ ਸ਼ੇਅਰ ਕਰ ਸਕਦੇ ਹੋ, ਕੋਈ ਵੀ ਸ਼ਾਰਟ ਇਨਫੋਰਮੇਸ਼ਨ ਕਿਸੇ ਵੀ ਟੋਪਿਕ 'ਤੇ ਆਪਾਂ ਸ਼ੇਅਰ ਕਰ ਸਕਦੇ। ਜਿਵੇਂ ਮੈਂ ਤੁਹਾਡੇ ਨਾਲ ਪੁਰਾਣੇ ਕੁਸ਼ਚਨ ਸ਼ੇਅਰ ਕਰ ਰਿਹਾ, ਹੈ ਨਾ। ਸੋ ਇਹਦੇ ਵਿੱਚੋਂ ਫਿਰ ਜਿਹੜਾ ਗਿਵਨ ਆਂਸਰ ਉਹ ਤਾਂ ਡੀ ਹੈ, ਜਿਹੜਾ ਤੁਹਾਨੂੰ ਪੁਰਾਣੀ ਫਾਈਲ ਦੇ ਵਿੱਚ ਮਿਲ ਜੂ, ਉਹ ਡੀ ਆਂਸਰ ਹੈ। ਵੈਸੇ ਵੀ ਅਸੀਂ ਬਹੁਤ ਸਾਰੇ ਕੁਸ਼ਚਨ ਇਹਨਾਂ ਨੇ 2021 ਦੇ ਵਿੱਚ ਗਲਤ ਦਿੱਤੇ ਹੋਏ ਨੇ। ਜੇਕਰ ਤੁਸੀਂ ਡਾਇਰੈਕਟਲੀ ਉਹਨਾਂ PDF ਤੋਂ ਕਰ ਰਹੇ ਹੋ ਜਾਂ ਤੁਸੀਂ ਕਿਸੇ ਅਦਾਰੇ ਦੀਆਂ ਬੁੱਕਸ ਛਾਪੀਆਂ ਹੋਈਆਂ ਨੇ, ਉਹਨਾਂ ਨੇ ਵਿਚਾਰੇ ਨੇ ਵੈਰੀਫਾਈ ਥੋੜ੍ਹਾ ਕਰੇ ਨੇ, ਉਹਨਾਂ ਨੇ ਐਜ਼ ਇਟ ਚੱਕ ਕੇ ਛਾਪਤੇ, ਹੈ ਨਾ। ਸੋ ਆਪਾਂ ਪ੍ਰੋਪਰ ਵੈਰੀਫਾਈ ਕਰਕੇ ਪਾਏ ਹੋਏ ਨੇ, ਇਕੱਲੇ ਇਕੱਲੇ ਕੁਸ਼ਚਨ 'ਤੇ ਅਸੀਂ ਧਿਆਨ ਦੇ ਕੇ ਪਾਏ ਹੋਏ ਨੇ ਟੈਸਟ ਸੀਰੀਜ਼ ਦੇ ਵਿੱਚ। ਅਤੇ ਨੈਕਸਟ ਟਾਈਮ ਜਦੋਂ ਇਹ ਪੇਪਰ ਹੋਊਗਾ ਆਪਾਂ ਵੀ ਬੁੱਕ ਲਾਂਚ ਕਰਾਂਗੇ ਇਸ ਦੀ। ਸੋ ਇਸ ਸਬ ਇੰਸਪੈਕਟਰ ਦੇ ਪੁਰਾਣੇ ਕੁਸ਼ਚਨ, ਸਬ ਇੰਸਪੈਕਟਰ ਹੋ ਗਿਆ, ਕੌਂਸਟੇਬਲ ਹੋ ਗਿਆ, ਇੰਟੈਲੀਜੈਂਸ ਕੌਂਸਟੇਬਲ ਹੋ ਗਿਆ, ਹੈੱਡ ਕੌਂਸਟੇਬਲ ਹੋ ਗਿਆ। ਸੋ ਇਹਨਾਂ ਚੀਜ਼ਾਂ 'ਤੇ ਆਪਾਂ ਕੁਆਲਿਟੀ ਮਟੀਰੀਅਲ ਹੈ ਜਿਹੜਾ, ਜਿਵੇਂ ਆਪਣੀ ਟੈਗ ਲਾਈਨ ਹੈ ਵਰਲਡ ਆਫ ਐਕੂਰੇਟ ਇਨਫੋਰਮੇਸ਼ਨ। ਸੋ ਇਕੱਲੀ ਇਕੱਲੀ ਸਾਡੇ ਕੋਲ ਐਕਸਪਰਟ ਨੇ ਹਰੇਕ ਸਬਜੈਕਟਸ 'ਤੇ, ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਵੈਰੀਫਾਈ ਕਰਦੇ ਹਾਂ। ਅਸੀਂ ਔਨਲਾਈਨ ਵੀ ਕੁਸ਼ਚਨ ਦਿੱਤੇ ਹੋਏ ਨੇ, ਉੱਥੇ ਵੀ ਜੇਕਰ ਤੁਹਾਨੂੰ ਕੋਰਸ ਦੇ ਵਿੱਚ ਇੱਕ ਸਿੰਗਲ ਗਲਤੀ ਵੀ ਮਿਲਦੀ ਹੈ ਛੋਟੀ ਜਿਹੀ, ਹੈ ਨਾ, ਆਂਸਰ ਦੀ, ਚਾਹੇ ਤੁਹਾਨੂੰ ਲੱਗਦਾ ਦਿੱਕਤ ਹੈ, ਤਾਂ ਸਟੂਡੈਂਟਸ ਨਾਲ ਦੀ ਨਾਲ ਸਾਨੂੰ ਮੈਸੇਜ ਕਰਦੇ ਨੇ, ਅਤੇ ਅਸੀਂ ਸਾਡੇ ਜਿਹੜੀ ਟੀਮ ਹੈ ਐਕਸਪਰਟਸ ਦੀ ਉਹ ਡਿਸਕਸ ਕਰਦੇ ਨੇ ਪ੍ਰੋਪਰ, ਅਤੇ ਉਹਦੀ ਪ੍ਰੋਪਰ ਹੀ ਸਲਿਊਸ਼ਨ ਪ੍ਰੋਵਾਈਡ ਕੀਤਾ ਜਾਂਦਾ। ਜੇ ਕੋਈ ਮਿਸਟੇਕ ਆਉਂਦੀ ਹੈ ਤਾਂ ਅਸੀਂ ਬਹੁਤ ਸਾਰੇ ਸਵਾਲ ਜਿਹੜੇ ਠੀਕ ਵੀ ਕੀਤੇ ਹੋਏ ਨੇ, ਜਿਵੇਂ ਇਹ ਵੀ ਹੈ ਵੀ ਗਿਵਨ ਆਂਸਰ ਡੀ ਹੈ ਬਟ ਕਰੈਕਟ ਆਂਸਰ ਇਹਦਾ ਹੈਗਾ 1 and 3 ਆ, ਠੀਕ ਹੈ, ਪਹਿਲਾ ਅਤੇ ਤੀਜਾ, ਜਿਹੜਾ ਕਿ ਆਪਸ਼ਨ ਦੇ ਵਿੱਚ ਹੈ ਨਹੀਂ, ਐਪ ਦੇ ਵਿੱਚ ਆਪਾਂ ਇਹ ਠੀਕ ਕੀਤਾ ਹੋਇਆ, ਹੈ ਨਾ। ਸਵਾਲ ਬੁੱਕ ਦੇ ਵਿੱਚ ਵੀ ਤੁਹਾਨੂੰ ਇਹ ਠੀਕ ਕੀਤਾ ਹੀ ਮਿਲੂਗਾ ਅਗਲੇ ਵਾਰੀ ਜਦੋਂ ਤੁਸੀਂ ਆਪਣੀ ਇਹ ਬੁੱਕ, ਤੁਸੀਂ ਬਹੁਤ ਜਲਦੀ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਆਉਣ ਵਾਲਾ ਪੇਪਰ ਹੈ ਕਿਉਂਕਿ ਹੁਣ ਸਮਾਂ ਥੋੜ੍ਹਾ ਸੀ, ਅਗਲੀ ਵਾਰੀ ਜਦੋਂ ਵੀ ਨੋਟੀਫਿਕੇਸ਼ਨ ਰਿਲੀਜ਼ ਹੁੰਦਾ ਨਾਲ ਦੀ ਨਾਲ ਆਪਾਂ ਇਹਦੀ ਬੁੱਕ ਜਿਹੜੀ ਹੈ ਪ੍ਰਿੰਟ ਕਰਾਂਗੇ, ਅਤੇ 100% ਆਪਾਂ ਜਿਹੜੀ ਐਕੂਰੇਸੀ ਨੂੰ ਧਿਆਨ 'ਚ ਰੱਖ ਕੇ ਕੰਮ ਕਰ ਰਹੇ ਹਾਂ, ਅਤੇ ਵਧੀਆ ਇੱਕ ਵੈਲ ਪ੍ਰੈਜੈਂਟ ਤਰੀਕੇ ਦੇ ਨਾਲ, ਗਲਤੀਆਂ ਨਹੀਂ ਹੋਣਗੀਆਂ। ਆਮ ਜੀ ਗੱਲ ਹੈ, ਤੁਹਾਨੂੰ ਵੀ ਪਤਾ ਮਾਰਕੀਟ ਦੇ ਵਿੱਚ ਤੁਹਾਡੇ ਕੋਲ ਕਿਤਾਬਾਂ ਹੋਣਗੀਆਂ ਅਤੇ ਬਹੁਤ ਸਾਰੀਆਂ ਮਿਸਟੇਕ ਨੇ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਕੰਮ ਕਰ ਰਹੇ ਹਾਂ ਮੇਨ, ਅਤੇ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਗੁੰਜਾਇਸ਼ ਨਹੀਂ ਮਿਲੂਗੀ। ਹੁਣ ਬੁੱਕ ਨੂੰ ਅੱਗੇ ਪਹੁੰਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ, ਤੁਹਾਡੀ ਹੈਲਪ ਦੀ ਲੋੜ। ਆਪਾਂ ਵਾਰੀ ਵਾਰੀ ਬੋਲਦੇ ਹਾਂ ਵੀ ਰੀਚ ਇੰਨੀ ਹੈ ਨਹੀਂ, ਅਤੇ ਇੰਨੇ ਅਸੀਂ ਪੈਸੇ ਨਹੀਂ ਲਾ ਸਕਦੇ ਵੀ ਅਸੀਂ ਇੱਕ ਤਾਂ ਆਪਾਂ ਕੰਟੈਂਟ 'ਤੇ ਧਿਆਨ ਦੇਈਏ ਜ਼ਿਆਦਾ, ਕੁਆਲਿਟੀ ਦਾ ਮਟੀਰੀਅਲ ਤੁਹਾਨੂੰ ਦਈਏ, ਅਤੇ ਉੱਪਰੋਂ ਆਪਾਂ 20-50 ਹਜ਼ਾਰ ਲੱਖ ਰੁਪਇਆ ਵੀ ਐਡਵਰਟੀਜ਼ਮੈਂਟ 'ਤੇ ਲਾਈਏ, ਹੈ ਨਾ। ਸੋ ਸਾਨੂੰ ਇਹ ਲੱਗਦਾ ਵੀ ਕੋਈ ਗੱਲ ਨਹੀਂ, ਹੌਲੀ ਜਾਵਾਂਗੇ, ਪਰ ਜਾਵਾਂਗੇ ਫਿਰ ਜਿੱਥੋਂ ਦੀ ਜਾਵਾਂਗੇ ਜਾਵਾਂਗੇ ਪੱਕੇ ਵੈਂਚਰ ਲਾ ਕੇ, ਕੋਈ ਗੱਲ ਨਹੀਂ, ਸਮਾਂ ਲੱਗ ਜਾਂਦਾ ਚੀਜ਼ਾਂ ਦੇ ਵਿੱਚ। ਪਰ ਹਮੇਸ਼ਾ ਹੀ ਆਪਾਂ ਕਹਿੰਦੇ ਹਾਂ ਵੀ ਐਵੇਂ ਸਸਤੀ ਮਸ਼ਹੂਰੀ ਨਹੀਂ ਚਾਹੀਦੀ, ਪਰ ਤੁਹਾਡੀ ਸਪੋਰਟ ਦੀ ਲੋੜ ਹੈ। ਜੇ ਤੁਸੀਂ ਵੀਡੀਓ ਦੇਖਦੇ ਹੋ, ਕਮੈਂਟ ਕਰਦੇ ਹੋ, ਤਾਂ ਉਸ ਤੋਂ ਜ਼ਿਆਦਾ ਫਿਰ ਵੀ ਕਹਿੰਦੇ ਆ ਵੀ ਮਨ ਖੁਸ਼ ਹੋ ਜਾਂਦਾ, ਐਂ ਲੱਗਦਾ ਵੀ ਠੀਕ ਆ, ਹੋਰ ਜ਼ਿਆਦਾ ਮਿਹਨਤ ਕਰਨ ਨੂੰ ਜੀ ਕਰਦਾ ਵੀ ਠੀਕ ਆ ਯਾਰ, ਕੋਈ ਗੱਲ ਨਹੀਂ, ਬੱਚਿਆਂ ਨੂੰ ਵਧੀਆ ਲੱਗ ਰਿਹਾ, ਚਾਹੇ 10-15-20 ਦੇਖ ਰਹੇ ਆ, ਕੋਈ ਗੱਲ ਨਹੀਂ, ਠੀਕ ਹੈ। ਸੋ ਅਗਲਾ ਸਵਾਲ ਆ, ਜਿਵੇਂ ਇਹ ਵੀ ਬੜਾ ਵਧੀਆ ਕੁਸ਼ਚਨ ਹੈ, ਕਹਿੰਦਾ ਹਾਓ ਫੇਸਬੁੱਕ ਹੈਲਪਸ ਇਨ ਬਿਜ਼ਨਸ, ਫੇਸਬੁੱਕ ਕਿਵੇਂ ਹੈਲਪ ਕਰਦਾ ਬਿਜ਼ਨਸ ਦੇ ਵਿੱਚ, ਮੋਡਰੇਟਲੀ ਇਨ ਡਿਵੈਲਪਿੰਗ ਆਈਡੈਂਟੀ, ਮੋਡਰੇਟਲੀ ਮੀਡੀਅਮ ਲੈਵਲ 'ਤੇ। ਕਹਿੰਦਾ ਤੁਹਾਡੀ ਆਈਡੈਂਟੀ ਨੂੰ ਡਿਵੈਲਪ ਕਰਨ ਦੇ ਲਈ ਮੀਡੀਅਮ ਲੈਵਲ 'ਤੇ ਹੈਲਪ ਕਰਦਾ, ਫਰਮਲੀ ਇਨ ਕਨਵਰਸੇਸ਼ਨ, ਫਰਮਲੀ ਦਾ ਮਤਲਬ ਹੁੰਦਾ ਸਟਰੋਂਗਲੀ ਅਤੇ ਟਾਈਟਲੀ। ਫਰਮਲੀ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਇਮੂਵੇਬਲ ਹੋਵੇ, ਇਮੂਵੇਬਲ ਜਿਹੜਾ ਤੁਸੀਂ ਕਹਿ ਤਾ ਇੱਕ ਵਾਰੀ, ਜਿਹੜਾ ਤੁਹਾਨੂੰ ਲੱਗੇ ਵੀ 100% ਆਪਾਂ ਕਹਿ ਲਓ ਵੀ ਪੂਰਾ, ਮਤਲਬ ਇਹ ਹੱਲ ਹੀ ਨਹੀਂ ਸਕਦਾ ਜਿਹੜਾ ਅਸੀਂ ਕਹਿਤੀ ਗੱਲ, ਕਨਵਰਸੇਸ਼ਨ ਦੇ ਵਿੱਚ ਜਿਹੜੀ ਗੱਲ ਕਹਿਤੀ ਵੀ ਸਟਰੋਂਗਲੀ ਹੈ, ਅਤੇ ਅੱਗੇ ਸਟਰੋਂਗਲੀ ਇਨ ਸ਼ੇਅਰਿੰਗ ਵੀ ਤੁਹਾਨੂੰ ਬਲੀਵ ਹੈ, ਇੱਥੇ ਹੈਗਾ ਹੀ 100% ਇਮੂਵੇਬਲ ਹੈ ਜਿਹੜਾ ਤੁਸੀਂ ਡਿਸੀਜਨ ਦੇਤਾ, ਸਟਰੋਂਗਲੀ ਦੇ ਵਿੱਚ ਤੁਹਾਨੂੰ ਬਲੀਵ ਹੈ ਵੀ 100% ਵੀ ਇਹ ਹੋਊਗਾ, ਹੈ ਨਾ, ਸਟਰੋਂਗਲੀ ਇਨ ਸ਼ੇਅਰਿੰਗ ਅਤੇ ਮੋਡਰੇਟਲੀ ਇਨ ਰੈਪੂਟੇਸ਼ਨ। ਦੇਖੋ ਧਿਆਨ ਨਾਲ ਸਮਝਣ ਵਾਲੀ ਗੱਲ ਹੈ, ਇਹ ਹੈਗਾ ਤਾਂ ਇਹ ਸਬਜੈਕਟਿਵ ਟਾਈਪ ਹੀ ਹੈ,
ਡਿਵੈਲਪਿੰਗ ਆਇਡੈਂਟੀਟੀ ਕਨਵਰਸੇਸ਼ਨ ਦੇ ਵਿੱਚ, ਸ਼ੇਅਰਿੰਗ ਦੇ ਵਿੱਚ ਤੇ ਰੈਪੂਟੇਸ਼ਨ ਦੇ ਵਿੱਚ। ਇਹ ਆਪਾਂ ਨੂੰ ਪਤਾ ਹੈ ਵੀ ਚੈਟ ਵਗੈਰਾ ਕਰ ਸਕਦੇ ਹਾਂ ਆਪਾਂ, ਕਨਵਰਸੇਸ਼ਨ ਦੇ ਵਿੱਚ ਵੀ ਹੈਗਾ, ਸ਼ੇਅਰਿੰਗ ਦੇ ਵਿੱਚ ਅਸੀਂ ਬਹੁਤ ਸਾਰਾ ਕੰਟੈਂਟ ਸ਼ੇਅਰ ਕਰਦੇ ਹਾਂ, ਪੋਸਟਾਂ ਸ਼ੇਅਰ ਕਰਦੇ ਹਾਂ, ਵੀਡੀਓ ਸ਼ੇਅਰ ਕਰਦੇ ਹਾਂ, ਤਾਂ ਆਹ ਗੱਲ ਠੀਕ ਹੈ। ਕਨਵਰਸੇਸ਼ਨ ਵੀ ਕਰਦੇ ਹਾਂ ਆਪਾਂ ਫੇਸਬੁੱਕ ਤੇ, ਹਨਾ, ਆਪਾਂ ਫੇਸਬੁੱਕ ਮੈਸੇਂਜਰ ਯੂਜ਼ ਕਰਦੇ ਹਾਂ, ਇਹ ਵੀ ਗੱਲ ਠੀਕ ਹੈ। ਮੋਡਰੇਟਲੀ ਇਨ ਰੈਪੂਟੇਸ਼ਨ, ਆਇਡੈਂਟੀਟੀ ਤੇ ਰੈਪੂਟੇਸ਼ਨ ਆਲਮੋਸਟ ਸੇਮ ਜੀ ਗੱਲ ਹੀ ਹੈ, ਵੀ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਡਿਵੈਲਪਿੰਗ ਆਇਡੈਂਟੀਟੀ, ਤੁਹਾਡੀ ਇੱਕ ਪਹਿਚਾਣ ਬਣਾ ਦੇਣੀ, ਹਨਾ, ਪਹਿਚਾਣ ਵੀ। ਚਲੋ ਆਪਾਂ ਪੜ੍ਹਦੇ ਹਾਂ ਸਪੋਰਟਿੰਗ ਥਿਊਰੀ, ਪੜ੍ਹਦੇ ਹਾਂ, ਤੁਹਾਨੂੰ ਮੈਂ ਦੱਸਦਾ। ਮੋਡਰੇਟਲੀ ਡਿਵੈਲਪਿੰਗ ਆਇਡੈਂਟੀਟੀ, ਫੇਸਬੁੱਕ ਪ੍ਰੋਵਾਈਡ ਬਿਜ਼ਨਸ ਵਿਦ ਐਬਿਲਿਟੀ ਟੂ ਕ੍ਰੀਏਟ ਪੇਜ ਐਂਡ ਪ੍ਰੋਫਾਈਲ ਦੈਟ ਰਿਪ੍ਰਜੈਂਟ ਦੇਅਰ ਆਇਡੈਂਟੀ। ਆਪਾਂ ਫੇਸਬੁੱਕ 'ਤੇ ਇੱਕ ਪੇਜ ਬਣਾ ਸਕਦੇ ਹਾਂ ਜਿਹਦੇ ਵਿੱਚ ਤੁਸੀਂ ਆਪਦੇ ਬਿਜ਼ਨਸ ਦੀ ਆਇਡੈਂਟੀਟੀ ਬਣਾਉਣ ਦੇ ਲਈ ਤੁਹਾਨੂੰ ਹੈਲਪ ਕਰਦਾ। ਬਾਏ ਕਸਟਮਾਈਜ਼ਿੰਗ ਦੇਅਰ ਪੇਜ ਵਿਦ ਰੈਲੇਵੈਂਟ ਇਨਫੋਰਮੇਸ਼ਨ, ਬ੍ਰੈਂਡਿੰਗ ਐਲੀਮੈਂਟਸ, ਤੁਸੀਂ ਉਹਦੇ 'ਤੇ ਪੇਜ ਨੂੰ ਕਸਟਮਾਈਜੇਸ਼ਨ ਕਰ ਸਕਦੇ ਹੋ। ਬ੍ਰੈਂਡਿੰਗ ਐਲੀਮੈਂਟਸ ਕਿਹੜੇ ਕਿਹੜੇ ਹੋ ਗਏ, ਐਡਵਰਟੀਜ਼ਮੈਂਟ ਲਾ ਸਕਦੇ ਹੋ ਤੁਸੀਂ, ਹਨਾ, ਐਂਗੇਜਿੰਗ ਕੰਟੈਂਟ ਜਿਹਦੇ ਨਾਲ ਬੱਚੇ ਜਾਂ ਸਟੂਡੈਂਟਸ ਜਾਂ ਬਿਜ਼ਨਸ ਦੇ ਕਸਟਮਰ ਐਂਗੇਜ ਹੋਣ, ਕੋਈ ਸਵਾਲ ਵਗੈਰਾ ਪੁੱਛ ਸਕਦੇ ਹੋ। ਬਿਜ਼ਨਸ ਕੈਨ ਅਸਟੈਬਲਿਸ਼ ਐਂਡ ਡਿਵੈਲਪ ਦੇਅਰ ਆਇਡੈਂਟੀ ਔਨ ਪਲੈਟਫਾਰਮ, ਕਹਿੰਦਾ ਪਲੈਟਫਾਰਮ 'ਤੇ ਫੇਸਬੁੱਕ 'ਤੇ ਬਿਜ਼ਨਸ ਹੈ ਜਿਹੜਾ ਆਪਦੀ ਆਇਡੈਂਟੀ ਡਿਵੈਲਪ ਕਰਦਾ। ਫਰਮਲੀ ਇਨ ਕਨਵਰਸੇਸ਼ਨ, ਫੇਸਬੁੱਕ ਵਾਈਡਲੀ ਯੂਜ਼ਡ ਐਜ ਏ ਪਲੈਟਫਾਰਮ ਫੋਰ ਕਨਵਰਸੇਸ਼ਨ ਐਂਡ ਇੰਟਰੈਕਸ਼ਨ, ਇਹ ਤਾਂ ਆਪਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ। ਬਿਜ਼ਨਸ ਕੈਨ ਐਂਗੇਜ ਵਿਦ ਦੇਅਰ ਆਡੀਅੰਸ ਥਰੂ ਕਮੈਂਟਸ, ਡਾਇਰੈਕਟ ਮੈਸੇਜ ਐਂਡ ਗਰੁੱਪ ਡਿਸਕਸ਼ਨ, ਇਹ ਸਾਰੇ ਤਰੀਕੇ ਨੇ ਜਿਹਦੇ ਵਿੱਚ ਆਪਾਂ ਕਨਵਰਸੇਸ਼ਨ ਕਰ ਸਕਦੇ ਹਾਂ। ਡਾਇਰੈਕਟ ਕਮਿਊਨੀਕੇਸ਼ਨ, ਬਿਲਡਿੰਗ ਰਿਲੇਸ਼ਨਸ਼ਿਪ, ਐਡਰੈਸਿੰਗ ਇਨਕੁਆਇਰੀਜ ਐਂਡ ਪ੍ਰੋਵਾਈਡਿੰਗ ਕਸਟਮਰ ਸਪੋਰਟਸ, ਠੀਕ ਹੈ। ਸਟਰੋਂਗਲੀ ਇਨ ਸ਼ੇਅਰਿੰਗ, ਫੇਸਬੁੱਕ ਆਫਰ ਰਿਵਰਸਡ ਸ਼ੇਅਰਿੰਗ ਕੈਪੇਬਿਲਿਟੀ, ਅਲਾਉਇੰਗ ਬਿਜ਼ਨਸ ਟੂ ਸ਼ੇਅਰ ਵੇਰੀਅਸ ਟਾਈਪਸ ਆਫ ਕੰਟੈਂਟ ਸੱਚ ਐਜ ਟੈਕਸਟ ਅਪਡੇਟਸ, ਫੋਟੋਜ਼ ਅਤੇ ਵੀਡੀਓਜ਼, ਇਹ ਸਾਰੀਆਂ ਚੀਜ਼ਾਂ ਤੁਸੀਂ ਸ਼ੇਅਰ ਕਰ ਸਕਦੇ ਹੋ, ਉਹੀ ਚੀਜ਼ਾਂ ਲਿਖੀਆਂ ਹੋਈਆਂ ਨੇ, ਰੈਪੂਟੇਸ਼ਨ ਦੇ ਵਿੱਚ ਆ ਜਾਂਦੇ। ਫੇਸਬੁੱਕ ਕੈਨ ਕੰਟਰੀਬਿਊਟ ਟੂ ਰੈਪੂਟੇਸ਼ਨ ਬਿਲਡਿੰਗ ਟੂ ਏ ਮੋਡਰੇਟ ਐਕਸਟੈਂਟ ਬਾਏ ਕੰਸਿਸਟੈਂਟਲੀ ਸ਼ੇਅਰਿੰਗ ਵੈਲਿਊਏਬਲ ਕੰਟੈਂਟ, ਲਗਾਤਾਰ ਵੈਲਿਊਏਬਲ ਕੰਟੈਂਟ ਸ਼ੇਅਰ ਕਰਨਾ, ਐਂਗੇਜਿੰਗ ਵਿਦ ਆਡੀਅੰਸ, ਉਹਨਾਂ ਦੇ ਨਾਲ ਜੁੜਨਾ, ਰਿਸਪੋਂਡਿੰਗ ਟੂ ਫੀਡਬੈਕ ਐਂਡ ਸ਼ੋਕੇਸਿੰਗ ਐਕਸਪਰਟੀਜ਼। ਬਿਜ਼ਨਸ ਕੈਨ ਐਨਹਾਂਸ ਦੇਅਰ ਰੈਪੂਟੇਸ਼ਨ ਐਂਡ ਅਸਟੈਬਲਿਸ਼ ਕ੍ਰੈਡੀਬਿਲਿਟੀ ਔਨ ਦੀ ਪਲੈਟਫਾਰਮ। ਹੁਣ ਆਪਾਂ ਕ੍ਰੈਡੀਬਿਲਿਟੀ ਕਿਵੇਂ ਬਣਾ ਸਕਦੇ ਹਾਂ, ਜੇਕਰ ਤੁਹਾਡੇ ਕੰਮ 'ਚ ਦਮ ਹੈ, ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ, ਕੰਮ ਦੇ ਵਿੱਚ ਦਮ ਹੈਗਾ, ਤਾਂ ਸ਼ੇਅਰ ਕਰੋਗੇ ਔਨਲਾਈਨ, ਲੋਕਾਂ ਤੱਕ ਪਹੁੰਚਾਓਗੇ, ਤਾਂ ਹੋ ਹੀ ਨਹੀਂ ਸਕਦਾ ਵੀ ਤੁਸੀਂ ਅੱਗੇ ਨਾ ਆਓ, ਹਨਾ। ਤਾਂ ਫਿਰ ਇਹ ਸਾਰਿਆਂ ਦੇ ਵਿੱਚ ਹੀ ਹੈਲਪ ਕਰਦਾ। ਆਂਸਰ ਹੈਗਾ ਡੀ, 1, 2, 3 ਐਂਡ 4। ਅਗਲਾ ਕੁਐਸਚਨ ਹੈ, ਦੇਖੋ, ਕਹਿੰਦਾ ਵਿੱਚ ਆਫ ਦੀ ਫੋਲੋਇੰਗ ਇਜ਼ ਮੀਡੀਆ ਹਾਊਸ ਡਿਵੈਲਪਡ ਸੋਲਲੀ ਔਨ ਦੀ ਬੇਸਿਸ ਆਫ ਸੋਸ਼ਲ ਮੀਡੀਆ ਪਲੈਟਫਾਰਮ। ਸੋਲਲੀ ਹੁੰਦਾ ਇਕੱਲੇ ਤੌਰ 'ਤੇ, ਜਿਹੜਾ ਕਿ ਇਕੱਲੇ ਸੋਸ਼ਲ ਮੀਡੀਆ 'ਤੇ ਹੀ ਪਲੈਟਫਾਰਮ ਬਣੇ। ਵਿੱਚ ਆਫ ਦੀ ਫੋਲੋਇੰਗ ਮੀਡੀਆ ਹਾਊਸ, ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਮੀਡੀਆ ਹਾਊਸ, ਮੀਡੀਆ ਹਾਊਸ ਜਿਹੜੇ ਮਤਲਬ ਕਿ ਸੋਸ਼ਲ ਮੀਡੀਆ 'ਤੇ ਹੀ ਕੰਮ ਕਰਦੇ ਨੇ, ਜਿਹੜੇ ਆਹ ਮਤਲਬ ਕਿ ਜਿਵੇਂ ਖਬਰਾਂ ਸ਼ੇਅਰ ਕਰਤੀਆਂ, ਕੋਈ ਅਪਡੇਟਸ ਦੇਖਦੀਆਂ, ਉਹ ਸਾਰੀਆਂ ਚੀਜ਼ਾਂ ਡਿਵੈਲਪਡ ਸੋਲਲੀ ਔਨ ਦੀ ਬੇਸਿਸ ਆਫ ਸੋਸ਼ਲ ਮੀਡੀਆ, ਜਿਹੜੇ ਕਹਿੰਦੇ ਸੋਸ਼ਲ ਮੀਡੀਆ ਦੇ ਬੇਸਿਸ 'ਤੇ ਹੀ ਚੱਲੇ ਨੇ, ਹਨਾ। ਪਹਿਲਾ ਹੈਗਾ ਸਕੂਫ ਵੂਫੀ ਫਿਲਮ ਕੰਪੈਨੀਅਨ, ਠੀਕ ਹੈ, ਇਹ ਵੂਪੀ ਬਣਿਆ ਨਾ, ਮੈਨੂੰ ਤਾਂ ਇੰਨਾ ਪ੍ਰੋਨਾਸੀਏਸ਼ਨ ਤਾਂ ਦੇਖੋ ਆਪਾਂ ਨੂੰ ਵਾਲੇ ਆਉਂਦੀ ਨਹੀਂ, ਸਕੂਫ ਵੂਪੀ ਲੱਗਦਾ ਮੈਨੂੰ ਸ਼ਾਇਦ, ਵੂਪੀ ਸ਼ਾਇਦ ਕੁਛ, ਕਈ ਵਾਰੀ ਨਾ ਇੰਗਲਿਸ਼ ਦਾ ਚੱਕਰ ਇਹ ਵੀ ਹੈ ਜੇ ਕੋਈ ਨਾ ਕੋਈ ਹੋਰ ਹੀ ਕੁਛ ਸਾਈਲੈਂਟ ਕਰ ਦਿੰਦੇ ਨੇ, ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ, ਹਨਾ। ਜਿਵੇਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ MOJITO, ਦੇਖੋ ਇਹ ਡਰਿੰਕ ਹੁੰਦੀ ਹੈ ਨਾ ਅੱਜ ਕੱਲ੍ਹ, ਅਤੇ ਆਪਾਂ ਸਾਰੇ ਮੋਜੀਤੋ ਹੀ ਕਹਿੰਦੇ ਇਹਨੂੰ, ਵੀ ਮੋਜੀਤੋ, ਅਤੇ ਮੈਂ ਬਹੁਤ ਸਾਰੇ ਬੰਦੇ ਦੇਖੇ ਵੀ ਇਹਨੂੰ ਮੋਹੀਤੋ ਬੋਲਦੇ ਆ, ਮੈਨੂੰ ਬੜਾ ਐਂ ਹੋਇਆ ਵੀ ਲਿਖਿਆ ਤਾਂ ਮੋਜੀਤੋ, ਮੋਹੀਤੋ ਕਿਉਂ ਬੋਲੀ ਜਾਂਦੇ ਆ। ਸੋ ਆਪਾਂ ਨੂੰ ਕਈ ਵਾਰੀ ਮੈਨੂੰ ਥੋੜ੍ਹਾ ਜਿਹਾ ਇਹ ਨਹੀਂ ਹੁੰਦਾ ਵੀ ਯਾਰ ਆਪਾਂ ਹੈਗਾ ਮੋਜੀਤੋ ਹੈਗਾ ਮੋਹੀਤੋ, ਅਤੇ ਆਪਾਂ ਮੋਜੀਤੋ ਬੋਲੀ ਜਾਂਦੇ ਹਾਂ, ਆਪਾਂ ਪਰਵਾਹ ਨਹੀਂ ਕਰਦੇ ਵੀ ਕੋਈ ਚੱਕਰ ਨਹੀਂ, ਬੋਲਦੇ ਨੇ ਮੋਜੀ ਆਪਣੇ ਲਈ ਮੋਜੀਤੋ, ਕਿਉਂਕਿ ਦੇਖਣ 'ਚ ਮੋਜੀਤੋ ਹੈ ਨਾ। ਪਰ ਫਿਰ ਵੀ ਆਪਾਂ ਨੂੰ ਇਹ ਹੁੰਦਾ ਵੀ ਇਹਦੀ ਤਹਿ ਦੇ ਵਿੱਚ ਜਾਣਾ ਚਾਹੀਦਾ ਵੀ ਇਹ ਮੋਹੀਤੋ ਹੈ ਕਿ ਮੋਜੀਤੋ ਹੈ। ਫਿਰ ਮੈਂ ਬੈਠੇ ਬੈਠੇ ਨੇ ਸਰਚ ਕਰ ਲਿਆ, ਮੈਂ ਕਿਹਾ ਯਾਰ ਬੰਦਾ ਕਈ ਵਾਰੀ ਕੋਈ ਪੁੱਛ ਹੀ ਲੈਂਦਾ ਵੀ ਹੈਗਾ ਤਾਂ ਮੋਜੀਤੋ ਹੈ ਅਤੇ ਇਹਨੂੰ ਮੋਹੀਤੋ ਕਿਉਂ ਕਹਿੰਦੇ ਆ, ਤਾਂ ਉਹ ਜਿਹੜਾ ਇਹ ਮੈਨੂੰ ਲੱਗਦਾ ਸ਼ਾਇਦ ਸਪੈਨਿਸ਼ ਡਿਸ਼ ਹੈ, ਕੋਕਟੇਲ ਬਣਦਾ ਕਿ ਮੋਕਟੇਲ, ਹੈ ਨਾ। ਸੋ ਇਹਦੇ ਵਿੱਚ ਜੇ ਹੈ ਜਿਹੜਾ ਉਹਨੂੰ ਉਹ ਐਜ਼ ਏ ਐਚ ਬੋਲਦੇ ਨੇ, ਤਾਂ ਕਰਕੇ ਸਪੈਨਿਸ਼ ਹੈ ਸ਼ਾਇਦ, ਤਾਂ ਉਹ ਇਸ ਨੂੰ ਮੋਹੀਤੋ ਬੋਲਦੇ ਨੇ, ਤਾਂ ਦੋਨੋਂ ਹੀ ਠੀਕ ਨੇ, ਮੋਜੀਤੋ ਵੀ ਕਹਿ ਸਕਦੇ ਹੋ, ਮੋਹੀਤੋ ਵੀ ਕਹਿ ਸਕਦੇ ਹੋ, ਠੀਕ ਹੈ। ਸੋ ਇਹ ਇੰਗਲਿਸ਼ ਦੀ ਗੱਲ ਰਹਿ ਗਈ। ਤਾਂ ਆ ਗਿਆ ਸਕੂਫ ਵੂਫ, ਪਹਿਲਾਂ ਕਿਹੜਾ ਸੀ, ਹਾਂ ਸਕੂਫ ਵੂਫ ਹੀ ਸੀਗਾ, ਹਾਂ। ਮੀਡੀਆ
इज ए इंडियन डिजिटल मीडिया स्कूप बूफ मीडिया इज ए इंडियन डिजिटल मीडिया कंपनी बेस्ड इन न्यू दिल्ली। द कंपनी का को फाउंडर कौन सीगा? सैत्विक मिश्रा, ऋषि प्रतिम मुखर्जी, बहुत सारे बंदे जो अपन सारे लोड़ नहीं। 2013 बनी सी कंपनी, ठीक है। इट ऑपरेट्स वेरियस ऑनलाइन कंटेंट वर्टिकल एंड सर्व एज द न्यूज ऑर्गेनाइजेशन फीचरिंग वैब सीरीज, जिमें वैब सीरीज हो गया, डॉक्यूमेंटेशन, करंट अफेयर, जिहड़ा भी कुछ ऑनलाइन चीज़ां चलदियां ने सोशल मीडिया ते, वो सारियां ही पोस्ट करदे सी अपने इस ते, ठीक है। सो अगला फिल्म कारपोरेशन, फिल्म कंपेनियन। फिल्म कंपेनियन इज ए डिजिटल प्लेटफॉर्म फॉर एंटरटेनमेंट जर्नलिज्म। सो ये भी इसे दे लई सी। तो यह अनुपमा चोपड़ा, अनुपमा चोपड़ा ने 2014 दे विच बनाया सी, इहदा डायरेक्टर है सी, इहदा फाउंडर सी, ठीक है। सो फिल्म कंपेनियनज मेन फोकस इज इन फिल्म बॉलीवुड, हॉलीवुड, वर्ल्ड सिनेमा, तमिल, तेलगू, मलयालम, कन्नड़ ते मराठी। सो इन्हां चीज़ां ते फोकस ही, रिव्यू वगैरह करते फिल्मों के, इंटरव्यू करते फिल्म फेस्टिवल्स ते अवार्ड्स वगैरह दे विच, उत्थे लोगों की इंटरव्यू करनियां, है ना। सो उत्थे सीगा फिल्म कंपेनियन। ते इन्हां विच शॉर्ट फिल्म्स हो गया, वैब सीरीज, ओ टी टी प्लेटफॉर्म्स, टैलीविजन, सारा कुछ ही इन्हां कोले कंटेंट ये आपदे प्लेटफॉर्म ते अपलोड करते। सवाल दोनों ही ठीक ने, स्कूप बूफ ते फिल्म कंपेनियन दोनों ही जिहड़े सोलली सोशल मीडिया के बेस से कह लो भी ये डिवेलप हुए ने। बड़ा टेढ़ा जिहा सवाल सीगा भी हुण ये हर चीज़ करंट का सवाल सी, करंट कह लो जां जीके कह लो, भी तुहानूं नॉलेज होनी चाहिए है भी कित्थे की हो रहा है ना। सो आपां इन्नियां चीज़ां पढ़ते नहीं है, आपां नूं पता नहीं हुंदा। चलो आपां सवाल कराता भी कई बार रैपीटेशन हो जाती है ना, हुण इन्ना इहदे नाल दे किन्ने ही होणगे, हुण सारे तां देखो आपां याद नहीं कर सकते, पर यह गल जरूर हैगी भी जे यही रिपीट हो गया फिर तुसीं किड़े लगड़ दोगे। सो आंसर सीगा डी। सो यह सीगा पार्ट टू, सोशल मीडिया ऐप्स। सोशल मीडिया से जिहड़ा ये पूरा अपना कंप्लीट हो चुका है, लैवल वन भी यदा आप कर चुके हैं, लैवल टू भी कर चुके हैं, शायद ये भी दो पार्ट से, तो लैवल थ्री के भी दो पार्ट से टोटल, ठीक है। सो सोशल मीडिया के हुण थोड़ा कोई भी सवाल जिहड़ा है फसना नहीं चाहिए। अगर थोनू कोई भी डाउट लगता, थोनू लगता भी कुछ रह गया सोशल मीडिया के, सानू तुसी व्हाट्सएप ते इनक्वायरी कर सकते हो 9465309346, ये साडा व्हाट्सएप नंबर है। कंप्यूटर दे रिगार्डिंग कोई भी इनक्वायरी होवे तुहानू सोशल मीडिया वाले दे विच्चों, बाकी जो भी पुछ सकदे हो, इहदा नहीं होगा भी नाल दी नाल तुहानू रिप्लाई कर देंगे, क्योंकि बहुत सारे काम धंधियां दे विच बिजी हां, बिजी हुंदा बंदा, तां तुहानू रिप्लाई जरूर करांगे असीं, है ना, जे असीं हैल्प कर सकदे होईए ते। बाकी मैं अक्सर ही तुहानू दसदा वी बहुत थोड़ा समां है, तुसीं टेस्ट सीरीज बिल्कुल 2 दिन पहला भी लैके उहदा बेनीफिट लै सकते हो, फुल लेंथ टैसट 26 तुहानू फुल लेंथ टैसट मिल जाएंगे। अगर तुसीं टैसट सीरीज लैना चाहते हो तो इस सेम नंबर से 9465309346 से सानू मैसेज कर सकते हो, तुहानू पूरी जानकारी दिती जाऊगी। सो उन्ना टाइम करते रहो तैयारी अपनी, जुड़े रहो चैनल के नाल, मिलते हैं किसी होर वीडियो के। थैंक यू।